ਲੁਧਿਆਣਾ ਵਿਖੇ ਸਪੈਸ਼ਲ ਟਾਸਕ ਫੋਰਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਨਸ਼ਾ ਤਸਕਰ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਢਾਬਾ ਰੋਡ ਉੱਪਰ ਇਸ ਤਸਕਰ ਨੂੰ ਅਲਟੋ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਤਸਕਰ ਦੀ ਪਹਿਚਾਣ ਫਤਿਹਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਹਿਲਾਂ ਸਥਾਨਕ ਐਂਟੀ ਕਰਪਸ਼ਨ ਨਾਂ ਦੀ ਇੱਕ ਨਿੱਜੀ ਕੰਪਨੀ 'ਚੋਂ ਪ੍ਰਧਾਨ ਦੇ ਤੌਰ 'ਤੇ ਕੰਮ ਕਰਦਾ ਸੀ ਅਤੇ ਪਿਛਲੇ 2 ਸਾਲ ਤੋਂ ਇਹ ਨਸ਼ੇ ਦੇ ਕਾਰੋਬਾਰ 'ਚ ਰੁੱਝਿਆ ਹੋਇਆ ਸੀ। ਜਿਹਦਾ ਨਾਮ ਫਤਿਹਜੀਤ ਸਿੰਘ ਉਰਫ ਫਤਿਹ ਵਾਸੀ ਅਮਰਪੁਰੀ ਥਾਣਾ ਡਾਬਾ ਦਾ ਰਹਿਣ ਵਾਲਾ, ਇਹਨੂੰ ਅਲਟੋ ਕਾਰ ਸਮੇਤ ਜਦੋਂ ਕਾਬੂ ਕੀਤਾ, ਜਦੋਂ ਇਹਦੀ ਮਾਣਯੋਗ DSP ਸ਼੍ਰੀ ਰਜੇਸ਼ ਕੁਮਾਰ ਕਪਲਿਸ DSP STF ਖੰਨਾ ਲੁਧਿਆਣਾ ਜੀ ਦੀ ਹਾਜ਼ਰੀ ਵਿੱਚ ਤਲਾਸ਼ੀ ਕੀਤੀ ਤਾਂ ਇਹਦੇ ਪਾਸੋਂ ਲੱਕ ਨਾਲ ਬੰਨੀ ਹੋਈ 0.5 ਕਿਲੋ ਹੈਰੋਇਨ ਬਰਾਮਦ ਹੋਈ, ਜਿਹਦੇ ਬਰਖਿਲਾਫ ਮੁਕੱਦਮਾ ਨੰਬਰ 220 ਥਾਣਾ ਡਿਵੀਜ਼ਨ ਨੰਬਰ 6 'ਚ NDPS ਐਕਟ ਦਾ ਦਰਜ ਰਜਿਸਟਰਡ ਕਰਾਇਆ। ਇਹਨੂੰ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਅੱਜ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਪਤਾ ਕਰਾਵਾਂਗੇ ਕਿ ਇਹ ਬਰਾਮਦਾ ਇੰਨੀ ਭਾਰੀ ਮਾਤਰਾ ਵਿੱਚ ਬਰਾਮਦਾ ਹੈਰੋਇਨ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿਹੜੇ ਕਿਹੜੇ ਗਾਹਕਾਂ ਨੂੰ ਸਪਲਾਈ ਕਰ ਸਰ।